नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਕੀ ਪ੍ਰੋਬਲਮ ਹੈ ਇਹਦੇ ਚ? ਦੇਖੋ ਜੀ, ਇਹ ਝੋਨਾ ਜੀ ਪੰਜਵੀਂ ਰਾਤ ਆ ਜਿੱਥੇ ਇਹਦਾ ਮੋਚਰ 18 ਪੌਂਡ ਕੋ ਨਿਕਲਿਆ ਜੀ, ਦੋ ਮੇਰਾ ਖਿਆਲ। ਸੋ ਦੱਸੋ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਝੋਨਾ ਡਿੱਗ ਗਿਆ ਪੈਲੀਆਂ ਦੇ ਵਿੱਚ, ਜੋ ਬਰਸਾਤ ਹੋਈ ਸੀ, ਇੰਨਾ ਤੂਫਾਨ ਆਇਆ ਸੀ, ਇਹ ਭਗਵੰਤ ਮਾਨ ਜੀ ਨੂੰ ਵੀ ਪਤਾ। ਮੈਂ ਸੁਖਜਿੰਦਰ ਸਿੰਘ ਗੋਤ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜ਼ਿਲ੍ਹਾ ਆਗੂ। ਮੈਨੂੰ ਆਏ ਨੂੰ ਅੱਜ ਜੀ ਸੇਵਾ ਦੇਣਾ। ਪੰਜਵੀਂ ਰਾਤ ਪੂਰੀ, ਪੰਜਵੀਂ ਰਾਤ ਆ ਗਈ ਆ। ਕੱਲ੍ਹ DC ਸਾਹਿਬ ਨਾਲ ਮੀਟਿੰਗ ਹੋਈ ਸੀ, ਸਾਡੇ ਸੂਬੇ ਦੇ ਆਗੂ ਆਏ ਸੀ ਹਰਵਿੰਦਰ ਸਿੰਘ ਮਸਾਣੀਆ ਸਾਹਿਬ। 424 ਬੋਰੀਆਂ ਸਾਡੀਆਂ ਤੁਲ ਗਈਆਂ ਝੋਨੇ ਦੀਆਂ। ਉਹਦੇ ਵਿੱਚ ਵੀ ਮੇਰੇ ਸੁਣ 'ਚ ਆਇਆ ਸੀ ਇਹ ਜੀ ਡੈਮਜ ਦਾਣੇ। ਦੱਸੋ 6 ਦਿਨਾਂ ਦੇ ਦਾਣੇ ਪਏ ਆ। ਸਾਡਾ ਕੰਮ ਆ RTA ਕੋਲ ਲੈ ਕੇ ਆ ਜਾਣਾ, RTA ਕੰਮ ਆ ਤੋਲਣੇ, ਲੇਕਿਨ ਕਿਤੇ ਨਾ ਕਿਤੇ ਸਰਕਾਰ ਕਾਰਪੋਰੇਟ ਘਰਾਣੇ ਦੇ ਪੱਖ 'ਚ ਜਾ ਰਹੀ ਆ। ਕਿਸਾਨ ਮੰਡੀਆਂ 'ਚ ਰੁਲ ਰਹੇ ਆ, ਬਿਲਕੁਲ ਵੀ ਤਲਾਈ ਨਹੀਂ ਹੋ ਰਹੀ। ਆਪਾਂ ਬੇਨਤੀ ਕੀਤੀ DC ਸਾਹਿਬ ਨੂੰ ਮੀਟਿੰਗ ਦੇ ਵਿੱਚ ਵੀ, ਡੀ ਸਾਹਿਬ ਝੋਨੇ ਡਿੱਗ ਗਏ ਆ ਬਰਸਾਤ ਦੇ ਨਾਲ, ਮੋਚਰ ਸਹੀ ਨਹੀਂ ਹੋ ਸਕਦਾ, 17 ਮੋਚਰ ਨਹੀਂ ਆ ਸਕਦਾ, ਕਿਸੇ ਦਾ ਵੀ ਆ ਕੇ ਦੱਸੇ। ਹਾਂ, ਕੋਈ ਭਾਈ ਬੰਦੀ 19-21 ਹੋ ਸਕਦੀ, ਕਿਸੇ ਦੇ ਨਾਲ ਘੱਟ ਕੱਢਿਆ ਜਾਵੇ, ਨਹੀਂ ਤਾਂ 18-19 ਤੋਂ ਮੋਚਰ ਘਟਣਾ ਨਹੀਂ ਹੈ। 20 ਤੱਕ ਮੋਚਰ ਜਿਹੜੀ ਕਿਸਾਨ ਨੂੰ ਛੂਟ ਦਿੱਤੀ ਜਾਵੇ, ਜੋ ਕਿਸਾਨ ਦਾ ਝੋਨਾ ਭਰਿਆ ਜਾਵੇ। ਅੱਜ ਮੈਨੂੰ 6 ਦਿਨ ਹੋ ਗਏ ਆ, ਫਿਰ ਵੀ 18 ਮੋਚਰ ਕੱਢਤਾ, ਅਤੇ ਮੇਰਾ ਖਿਆਲ ਆ ਵੀ ਜੇ ਅਸੀਂ ਇਹ ਸੰਘਰਸ਼ ਨਹੀਂ ਲੜਾਂਗੇ ਤੇ 4 ਦਿਨ ਹੋਰ ਵੀ। ਪਹਿਲੇ ਦਿਨ ਜਿੱਦਾਂ ਤੁਸੀਂ ਆਏ ਸੀ ਉਹਨਾਂ ਉਦੋਂ ਕਿੰਨਾ ਮੋਚਰ ਆਇਆ? ਟੱਕਿਆ ਹੀ ਨਹੀਂ ਕਿਸੇ ਨੇ ਸਾਡੇ ਝੋਨੇ ਵੱਲ। ਉਹ ਤਾਂ DC ਸਾਹਿਬ ਆਏ ਤਾਂ ਮੋਚਰ ਕੱਢਿਆ, ਤੇ ਸੋ ਅੱਜ ਵੀ ਕਿਸੇ ਨੇ ਨਹੀਂ ਕੱਢਿਆ। ਅਧਿਕਾਰੀਆਂ ਦਾ ਕਹਿਣਾ ਕਿ ਮੰਡੀ 'ਚ ਸੁੱਕ ਜਾਂਦਾ ਮੋਚਰ, ਜਿਹੜੇ ਖਿਲਾਰ ਦਿੱਤੀ ਜਾਂਦੀ ਹੈ ਨਵੀਂ ਸੁੱਕ ਜਾਂਦੀ। ਦੇਖੋ ਜੀ, ਕਿਸਾਨ ਝੋਨਾ ਲੈ ਕੇ ਆ ਗਿਆ ਮੰਡੀ ਦੇ ਵਿੱਚ, ਆੜ੍ਹਤੀਆਂ ਨੇ ਆੜ੍ਹਤ ਲੈਣੀ, ਫਲਾਈ ਲੈਣੀ, ਤਲਾਈ ਲੈਣੀ, ਉਹ ਆੜ੍ਹਤੀਆਂ ਦਾ ਵੀ ਫਰਜ਼ ਬਣਦਾ ਕਿ ਇਕੱਲਾ ਕਿਸਾਨ ਦਾ ਹੀ ਫਰਜ਼ ਬਣਦਾ ਸਾਰਾ ਕੁਛ। ਸੋ ਆਪਾਂ ਅਪੀਲ ਕਰਾਂਗੇ DC ਸਾਹਿਬ ਨੂੰ ਵੀ DC ਸਾਹਿਬ ਅਪੀਲ ਹੈ ਤੁਹਾਨੂੰ ਦੀ ਗੱਲ ਕੀਤੀ ਜਾਏ ਤੇ ਰੇਟ ਸਹੀ ਮਿਲਦੇ ਆ? ਦੇਖੋ ਜੀ, ਅਜੇ ਤੱਕ ਰੇਟ ਕੋਈ ਨਹੀਂ, ਜਿੱਦਣ ਝੋਨਾ ਜਾਊਗਾ ਉਹਦੀ ਉਦਣ ਗੱਲ ਕਰਾਂਗੇ, ਜੇ ਫਾਰਮ ਲਵਾਂਗੇ ਕਿਹੜੇ ਤਰੀਕੇ ਨਾਲ ਲਾਉਂਦੇ। 2320 ਰੁਪਈਏ ਰੇਟ ਹੈ। ਤੁਸੀਂ ਕਹਿ ਰਹੇ ਹੋ ਨਾ 5 ਕਿੱਲੇ ਵਿਕ ਚੁੱਕੀ ਹੈ, ਵਿਕ ਚੁੱਕੇ, ਉਹ ਤਾਂ ਰੇਟ ਨਹੀਂ ਲਿਖਿਆ ਇਹਨਾਂ ਨੇ, ਰੇਟ ਨਹੀਂ ਲਿਖਿਆ, ਨਹੀਂ ਲਿਖ ਕੇ ਦਿੰਦੇ ਨਹੀਂ ਉਹ। ਆਪਾਂ ਅਪੀਲ ਕਰਾਂਗੇ DC ਸਾਹਿਬ ਨੂੰ ਵੀ DC ਸਾਹਿਬ ਬੇਨਤੀ ਹੱਥ ਜੋੜ ਕੇ ਕਿ ਉਹਦੇ ਪਰਚੀ ਦੇ ਉੱਤੇ ਮੋਚਰ ਵਿਧ ਰੇਟ ਲਿਖਿਆ ਜਾਵੇ ਵੀ ਇਹ 2320 ਵਾਲਾ ਝੋਨਾ, ਤਾਂ ਜੋ ਕੱਲ੍ਹ ਨੂੰ ਜੇ ਰੇਟ ਘੱਟ ਲਾਉਣ ਤਾਂ ਉਹ ਪਿੱਛੋਂ ਘਟੇ। ਵੀ ਮੰਨ ਲਓ ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਘਾਟਾ ਵਾਧਾ ਕਰ ਲਿਆ ਤੇ ਜੇ ਫਾਰਮ ਜਿਹੜਾ ਉਹ ਪੂਰੇ ਰੇਟ ਦਾ, ਬਿਲਕੁਲ ਨਹੀਂ ਹੋਣ ਦਿਆਂਗੇ। ਜਥੇਬੰਦੀ ਦੇ ਵਿੱਚ ਮੀਟਿੰਗ ਲਾ ਕੇ ਬਿਲਕੁਲ ਤਿੱਖਾ ਸੰਘਰਸ਼ ਕਰਾਂਗੇ, ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਹੀਂ ਰੋਲਣ ਦਿਆਂਗੇ। ਪ੍ਰੋਬਲਮ ਆ ਰਹੀ ਵਾਰਦਨ ਦੀ ਕੀ ਪੋਜੀਸ਼ਨ ਹੈ? ਦੇਖੋ ਜੀ, ਬਾਰਦਾਨਾ ਜਦੋਂ ਅਸੀਂ ਪੁੱਛਦੇ ਹਾਂ ਕਹਿੰਦੇ ਵੀ ਸੈਲਰ ਵਾਲਿਆਂ ਨੂੰ ਦੇਣਾ ਜੀ, ਬਿਲਕੁਲ ਵੀ ਸੈਲਰ ਵਾਲੇ ਅਜੇ ਆਪਣੇ ਸੈਲਰਾਂ 'ਚ ਬੈਠੇ ਆ, ਨਹੀਂ ਦੇ ਰਹੇ ਬਾਰਦਾਨਾ ਸੈਲਰ ਵਾਲੇ, ਕਿਉਂ? ਉੱਥੇ ਭਗਵੰਤ ਮਾਨ ਨਾਲ ਮੀਟਿੰਗ ਚੱਲ ਰਹੀ ਹੈ। ਆਪਾਂ DC ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਹਿਬ ਭਗਵੰਤ ਮਾਨ ਸਾਹਿਬ ਨਾਲ ਗੱਲ ਕਰੋ, ਸੈਲਰ ਮਾਲਕਾਂ ਦੀ ਜੋ ਪ੍ਰੋਬਲਮ ਹੈ ਉਹਨੂੰ ਹੱਲ ਕਰਾ ਕੇ ਅਤੇ ਜਿਹੜੀ ਮੰਡੀ ਦੇ ਵਿੱਚ ਦਾਣਿਆਂ ਦੀ ਤਲਾਈ ਆ ਉਹ ਸ਼ੁਰੂ ਕਰਾਈ ਜਾਵੇ ਤਾਂ ਜੋ ਕਿਸਾਨ ਪਰੇਸ਼ਾਨ ਨਾ ਹੋਣ। ਦੇਖਿਆ ਦਾਣੇ ਤੇ ਆਣੇ ਸ਼ੁਰੂ ਹੋ ਗਏ ਆ, ਲੇਕਿਨ ਤਰਪਾਲਾਂ ਦਾ ਅਰੇਂਜਮੈਂਟ ਲੱਗਦਾ ਕਿ ਪੂਰਾ ਵਾ, ਕਿਉਂਕਿ ਮੌਸਮ ਬਦਲਦਾ ਤੇ ਬਾਰਿਸ਼ ਆਉਂਦੀ ਆਉਂਦੀ। ਦੇਖੋ ਜੀ, ਅਜੇ ਤੱਕ ਇਹ ਲੋਕ ਕਹਿ ਰਹੇ ਆ ਵੀ ਤਰਪਾਲਾਂ ਪੂਰੀਆਂ, ਦੇਖਾਂਗੇ ਜਿੱਦਣ ਬਰਸਾਤ ਹੋਈ ਬਿਲਕੁਲ ਉਤਲੇ ਅਧਿਕਾਰੀਆਂ ਨੂੰ ਬੁਲਾ ਕੇ ਦੱਸਾਂਗੇ। ਤੁਹਾਨੂੰ ਵੀ ਪੱਤਰਕਾਰ ਵੀਰਾਂ ਨੂੰ ਬੇਨਤੀ ਆ ਕਿ ਵੀਰੋ ਜਿੱਦਣ ਬਰਸਾਤ ਹੁੰਦੀ ਆ ਤੁਸੀਂ ਵੀ ਚੈੱਕ ਕਰਨਾ ਆ ਕੇ, ਕਿਸਾਨਾਂ ਦੀ ਮਦਦ ਕਰੋ। ਬਿਲਕੁਲ ਕਾਰਪੋਰੇਟ ਘਰਾਣੇ ਦੇ ਪੱਖ 'ਚ ਜਾ ਰਿਹਾ, ਕਾਰਪੋਰੇਟ ਘਰਾਣੇ ਦੇ ਪੱਖ 'ਚ ਜਾ ਰਹੀ ਆ ਸਰਕਾਰ, ਜੋ ਕਿਸਾਨਾਂ ਦਾ ਝੋਨਾ ਰੁੱਲ ਰਿਹਾ। ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੰਨੇ ਦਿਨ ਲੱਗ ਰਹੇ ਮੰਡੀ ਦੇ ਵਿੱਚ, ਫਿਰ ਵੀ ਝੋਨਾ ਨਹੀਂ ਤੋਲਿਆ ਜਾ ਰਿਹਾ। ਸੋ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ, ਮਾਰਕੀਟ ਕਮੇਟੀ ਨੂੰ, DC ਸਾਹਿਬ ਨੂੰ ਕਿ ਇੱਧਰ ਧਿਆਨ ਦਿੱਤਾ ਜਾਵੇ। ਕਿਸਾਨ ਪਰੇਸ਼ਾਨ ਹੋ ਰਹੇ ਆ, ਸਰਕਾਰ ਚਾਹੁੰਦੀ ਆ ਵੀ ਇਹਨਾਂ ਨੂੰ ਇੰਨੇ ਕੁ ਤੰਗ ਕਰ ਦਿਓ, ਇੰਨੇ ਕੁ ਤੰਗ ਕਰ ਦਿਓ ਕਿ ਆਪਣੇ ਆਪ ਹੀ ਜ਼ਿੰਮੀਦਾਰਾਂ ਛੱਡ ਕੇ ਭੱਜ ਜਾਣ ਅਤੇ ਕਾਰਪੋਰੇਟ ਘਰਾਣੇ ਡਾਨੀ ਬਾਨੀਆਂ ਦੇ ਸੈਲੋ 'ਚ ਸਮਾਨ ਜਾਵੇ। ਸੋ ਸਾਡੀ ਅਪੀਲ ਹੈ। ਕੀ ਸਟੈਪ ਹੈ ਅਗਲਾ ਜੇ ਸੈਟਿਸਫੈਕਸ਼ਨ ਨਾ ਹੋਈ, ਝੋਨੇ ਦੀ ਕਦਰ ਨਾ ਹੋਈ ਤੇ ਕੀ ਸੰਘਰਸ਼? ਦੇਖੋ ਜੀ, ਸੂਬਾ ਕਮੇਟੀ ਦਾ ਫੈਸਲਾ ਹੋ ਚੁੱਕਿਆ ਜੀ, ਜਿੱਥੇ ਜਿੱਥੇ ਮੰਡੀਆਂ ਦੇ ਵਿੱਚ ਕਿਸਾਨਾਂ ਨਾਲ ਧੱਕਾ ਹੋਏਗਾ, ਖੱਜਲ ਖੁਆਰੀ ਹੋਏਗੀ,
तिखे संघर्ष करांगे, तिखे जाम ला देंगे, सड़कां जाम हो जाएंगियां, ट्रेनां जाम हो जाएंगियां। जे साडा झोना नहीं विकना, कंबाइना बाईपास खड़िया कर दांगे, लिया के ट्रालियां भर के झोना राज खड़ा कर दांगे सड़कां च। देखांगे भला झोने की खरीद किदां नहीं होंदी, दाना दाना पकावांगे। भगवंत मान जी तो कहिंदे वी दाना दाना चुकांगे, जथेबंदी ने कहा दाना दाना पकावांगे। जिथे तक सानू संघर्ष लड़ना पिया, बिल्कुल लड़ांगे। धन्यवाद, वाहिगुरु जी का खालसा, वाहिगुरु जी की फतह। जिहड़ा एक पैरामीटर फिक्स है ना सरकार ने किया 17 का, उतों फिर ये मुआशर अगर ज़्यादा होएगा तो फिर शैलर के ज्यादा है तो उन्होंने थोड़ा जहा लॉस होंदा वै। तो यह पैरामीटर जोड़ा है ये 17 रख्या असी, जो कह रहे हो कि मुआशर ज़्यादा होंदा वै, इतने 25-25 तक भी मुआशर आया वा 3-4 दिन तो, परंतु वो इतने अपना ड्रायर भी लगता वै, धुप के फड़ दे सुका लेंदे है। कोशिश यो होंगी है कि फार्मर हूँ काफ़ी सियाने हो गए हैं और वो तकरीबन 18 या अपना 17 ऐसा है कि कुछ 15 की भी जी है मुआशर जरा इतने आया वै। कोई ऐसा नहीं है भी 2-3% है जी अपनी झोना डिगया है, बाकी सब नॉर्मल है, नथिंग इज़ टू वरी। एक होर उन्होंने वालों शिकायत की गई है कि जे बाई चांस मौसम खराब हो जाता है, सर्दियाँ आने वाली बारिश एक बार आनी है, तरपालों का अरेजमेंट मंडी नहीं है पूरा? नहीं, वो एक्चुअली ऐसा जिन्ना भी साढ़े आड़ती है इतने उन्होंने इंस्ट्रक्शंस ने और उन्होंने कोल है ने 10-10 तरपाला ने और क्रेट्स है जिहड़ा कि वह महफूज रखे। अदरवाइज असी जिहड़ा इनू नहीं महफूज रखता बारिश तो अब्बल तो आप परमात्मा तो यही कहने कि ये जी फसल हैगी बड़े पुत्तों वांगू पालते ने, तो ऐसा ना हो फिर भी असी जे प्रबंध वह किए हुए ने सारे आड़ती को तरपाला है इमीजिएटली जड़िया तरपाला नाल कटता जाता।